ਮਾਂ ਨੇ ਇਲਜ਼ਾਮ ਲਗਾਇਆ ਹੈ ਕਿ ਘਟਨਾ ਦੇ ਬਾਅਦ ਟੀਚਰ ਨੇ ਵਿਦਿਆਰਥੀ ਨੂੰ ਚਪੇੜ ਮਾਰੀ ਸੀ ਅਤੇ ਉਸ ਨੂੰ ਘਰ ਵਿਚ ਜਾ ਕੇ ਕੁਕਰਮ ਦੇ ਬਾਰੇ ਵਿਚ ਕਿਸੇ ਨੂੰ ਕੁਝ ਵੀ ਨਾ ਕਹਿੰਦੇ ਡਰਾਇਆ ਤੇ ਧਮਕਾਇਆ ਸੀ। ਇਸ ਤੋਂ ਬੱਚੀ ਇਸ ਕਦਰ ਸਹਿਮ ਗਈ ਕਿ ਉਸਨੇ ਘਰ ਜਾ ਕੇ ਇਸ ਦੇ ਬਾਰੇ ਕਿਸੇ ਨੂੰ ਕੁਝ ਨਹੀਂ ਦੱਸਿਆ। ਰਾਤ ਨੂੰ ਜਦੋਂ ਦਰਦ ਬਰਦਾਸ਼ਤ ਤੋਂ ਬਾਹਰ ਹੋ ਗਈ ਤਾਂ ਉਸਨੇ ਰੋਂਦੇ ਹੋਏ ਸਾਰੀ ਕਹਾਣੀ ਆਪਣੀ ਮਾਂ ਨੂੰ ਕਹਿ ਸੁਣਾਈ। ਜੋ ਬੱਚੀ ਆ ਉਹ ਬੋਲਤੇ ਮੈਂ ਉਪਰ ਗਈ ਤਾਂ ਮੈਡਮ ਨੇ ਨੀਚੇ ਲਾਇਆ ਮੁਝੇ, ਮੇਰੇ ਚਪੇੜ ਲਗਾਏ ਜ਼ੋਰ ਸੇ, ਮੁਝੇ ਬੋਲਤੇ ਆਪਣੇ ਮੰਮੀ ਪਾਪਾ ਕੇ ਸਾਥ ਬਾਤ ਮਤ ਕਰਨਾ। ਬੱਚਾ ਘਬਰਾ ਗਿਆ, ਉਸਨੇ ਕੁਝ ਨਹੀਂ ਬਤਾਇਆ ਗਿਆ। ਇਸ ਵਿਚ ਸਕੂਲ ਪ੍ਰਦਰਸ਼ਨ, ਸਕੂਲ ਵਿਚ ਬੱਚੀ ਦੇ ਨਾਲ ਕੁਕਰਮ ਹੋਣ ਦੀ ਗੱਲ ਉੱਤੇ ਵੀ ਸਵਾਲ ਖੜੇ ਕਰ ਰਹੇ ਆਏ। ਸਕੂਲ ਦੇ ਪ੍ਰਿੰਸੀਪਲ ਵਿਨੀਤ ਭੱਟ ਦਾ ਕਹਿਣਾ ਹੈ ਕਿ ਉਹ ਪੁਲਿਸ ਜਾਂਚ ਵਿਚ ਸਾਹਮਣੇ ਆਵੇਗਾ ਅਤੇ ਇਹ ਘਟਨਾ ਕਿੱਥੇ ਹੋਈ ਹੈ। ਅਭੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ, ਉਹ ਕਹਿ ਰਹੇ ਹੈ ਕਿ ਉਹ ਬੱਚਾ ਜੋ ਪਕੜਾ ਗਿਆ ਉਤਰ ਹੈ, ਲੇਕਿਨ ਜੋ ਹਮਾਰੇ ਟੀਚਰ ਹੈ ਉਹ ਬੋਲ ਰਹੇ ਹੈ ਕਿ ਬੱਚਾ ਯਹੀਂ ਪੇ ਬੈਠਾ ਥਾ, ਉਹ ਸਿਰਫ ਜੋ ਛੋਟੀ ਬੱਚੀ ਹੈ ਉਹ ਸਿਰਫ ਰਿਸੈਸ ਕੇ ਟਾਈਮ ਪੇ ਯੂਰੀਨ ਪਾਸ ਕਰਨੇ ਜਾਤੀ ਹੈ, ਔਰ ਉਸਕੇ ਸਾਥ ਕੋਈ ਬੱਚਾ ਸਾਥ ਮੇ ਜਾਤਾ ਹੈ, ਵੋ ਅਕੇਲੀ ਤਬ ਵੀ ਨਹੀਂ ਜਾਤੀ ਹੈ, ਟੀਚਰ ਯੇ ਬੋਲ ਰਹੇ ਹੈ ਕਿ ਉਸਮੇ ਜੋ ਬੱਚਾ ਸਵਾ ਦੋ ਤੱਕ ਜੋ ਟੀਚਰ ਪੜਾਤੇ ਹੈ, ਫਿਰ ਸਵਾ ਦੋ ਕੇ ਬਾਅਦ ਉਹ ਦੂਸਰੀ ਕਲਾਸ ਮੇ ਜਾਕਰ ਇੱਕ ਆਪਣਾ ਕਾਮ ਕਰਾਤੇ, ਫਿਰ ਸਵਾ ਦੋ ਸੇ ਤੀਨ ਵਜੇ ਤੱਕ ਦੂਸਰੇ ਟੀਚਰ ਬੈਠੇ, ਉਹਨੇ ਬੋਲਿਆ ਕਿ ਵੀ ਯਹਾਂ ਪੇ ਬੱਚਾ ਯਹੀਂ ਪੇ ਬੈਠਾ ਹੋ। ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਮਿਲੀ ਤਾਂ ਪੁਲਿਸ ਘਟਨਾ ਥਾਂ ਉੱਤੇ ਪਹੁੰਚੀ ਅਤੇ ਪੀੜ ਨੂੰ ਸ਼ਾਂਤ ਕਰਵਾਇਆ। ਥਾਣਾ ਨੰਬਰ 6 ਦੇ ਪ੍ਰਭਾਰੀ ਮਨਦੀਪ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਜਾਂਚ ਵਿਚ ਸਭ ਪਹਿਲੂਆਂ ਨੂੰ ਆਧਾਰ ਬਣਾ ਕੇ ਜਾਂਚ ਕਰ ਰਹੀ ਹੈ। ਜੇਕਰ ਕਿਸੇ ਸਕੂਲ ਅਧਿਆਪਕ ਨੇ ਮਾਮਲਾ ਦਬਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਉੱਪਰ ਵੀ ਕਾਰਵਾਈ ਕੀਤੀ ਜਾਵੇਗੀ। ਟੀਚਰ ਦੀ ਬਾਤ ਅਭੀ ਬੋਲੀ ਹੈ, ਪਹਿਲੇ ਕੋਈ ਟੀਚਰ ਕਾ ਮਸਲਾ ਜਾਂ ਕੋਈ ਵੀ ਸਟੇਟਮੈਂਟ ਮੇਂ ਟੀਚਰ ਕਾ ਨਾਮ ਪਹਿਲੇ ਕੋਈ ਨਹੀਂ ਦਿਆ, ਆਜ ਉਨ੍ਹਾਂ ਟੀਚਰ ਕਾ ਨਾਮ ਬਤਾਇਆ, ਉਸਕੇ ਲਈ ਇਨਵੈਸਟੀਗੇਟ ਕਰੇਂਗੇ, ਜੋ ਵੀ ਆਏਗਾ ਉਸਕੇ ਹਿਸਾਬ ਸੇ ਕਾਰਵਾਈ ਕਰੇਂਗੇ। ਬਹਰਹਾਲ ਪੂਰੇ ਮਾਮਲੇ ਵਿਚ ਆਰੋਪੀ ਹਨੀ ਨਾਮ ਦੇ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਹੁਣ ਪੂਰੇ ਮਾਮਲੇ ਵਿਚ ਸਕੂਲ ਅਧਿਆਪਕ ਵੱਲੋਂ ਮਾਮਲੇ ਦਬਾਉਣ ਦੀ ਕੋਸ਼ਿਸ਼ ਦੀ ਵੀ ਜਾਂਚ ਵਿਚ ਜੁਟੀ ਹੋਈ ਹੈ। ਨਰਸਰੀ ਜਮਾਤ ਦੀ ਵਿਦਿਆਰਥਣ ਦੇ ਨਾਲ ਸਕੂਲ ਵਿਚ ਘਟੀ ਇਸ ਘਟਨਾ ਨੇ ਸਕੂਲ ਪ੍ਰਬੰਧ ਉੱਤੇ ਚੰਡੀਗੜ੍ਹ ਦੇ ਉਮਾਕਾਂਤ ਵਰਮਾ ਨਾਮ ਦੇ ਸੁਨਿਆਰੇ ਨੇ ਇੱਕ ਲੜਕੀ ਨੂੰ ਨੌਕਰੀ ਦੇਣ ਲਈ ਆਪਣੇ ਦਫ਼ਤਰ ਬੁਲਾਇਆ ਅਤੇ ਉਸ ਨੂੰ ਕੋਲਡ ਡਰਿੰਕ ਵਿਚ ਨਸ਼ੀਲਾ ਪਦਾਰਥ ਪਿਲਾ ਦਿੱਤਾ। ਲੜਕੀ ਦੇ ਬੇਸੁੱਧ ਹੋ ਜਾਣ ਤੇ ਇਸ ਸੁਨਾਰ ਨੇ ਲੜਕੀ ਦੀ ਇੱਜ਼ਤ ਲੁੱਟ ਲਈ। ਪੁਲਿਸ ਨੇ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਏ। 15-20 ਦਿਨ ਤੋਂ ਇਹ ਕੁੜੀ ਆਈ ਸੀਗੀ ਇੱਥੇ ਸ਼ਾਪਿੰਗ ਕਰਨ ਲਈ ਚੰਡੀਗੜ੍ਹ 'ਚ, ਸ਼ਾਪਿੰਗ ਕਰਦੇ ਹੋਏ ਮੀਨਾ ਬਾਜ਼ਾਰ ਦੇ ਵਿੱਚ ਆਈ ਸੀਗੀ, ਉੱਥੇ ਇਹਨੂੰ ਲੜਕੀ ਮਿਲਿਆ ਸੀਗਾ ਕਿ ਇਹ ਜਾਣ ਪਛਾਣ ਹੋ ਗਈ ਸੀਗੀ, ਫਿਰ ਫੋਨ ਤੇ ਗੱਲ ਹੁੰਦੀ ਸੀਗੀ, ਜੋਬ ਆਫਰ ਹੋਈ ਸੀ ਇਸ ਕੁੜੀ ਨੂੰ, ਇਹ ਕਹਿੰਦੇ ਵੀ ਆਪਣੇ ਘਰਦਿਆਂ ਨੂੰ ਪੁੱਛ ਕੇ ਦੱਸੂਗੀ, ਫਿਰ ਇਹਦੇ ਮਾਸੀ ਨੇ ਗੱਲ ਕਰ ਲਈ ਇਹਦੇ ਨਾਲ, ਉਹ ਕਹਿੰਦੇ ਠੀਕ ਹੈ ਤੂੰ ਜੋਬ। 17 ਤਰੀਕ ਨੂੰ ਉਹਦੇ ਨਾਲ ਗੱਲਬਾਤ ਹੋਈ, ਉਹਨੇ ਕਿਹਾ ਵੀ ਤੁਸੀਂ ਚੰਡੀਗੜ੍ਹ ਆ ਜਾਓ, ਉਹ ਚੰਡੀਗੜ੍ਹ ਆ ਗਈ ਉਰੇ, ਅਤੇ ਫਿਰ ਇਹ 22 ਸੈਕਟਰ ਦੀ ਮੀਨਾ ਜਵੈਲਰ ਆ, ਉਹਦੀ ਬੈਕ ਸਾਈਡ ਦੇ ਉੱਪਰ ਉਹਦਾ ਆਫਿਸ ਨਾਲ ਬਣਿਆ ਹੋਇਆ, ਉੱਥੇ ਇਸ ਕੁੜੀ ਨਾਲ ਮਿਲਿਆ ਹੋਇਆ। ਇਸ ਤੋਂ ਪਹਿਲਾਂ ਐਤਵਾਰ ਰਾਤ ਨੂੰ ਘਟਨਾ ਦੇ ਬਾਅਦ ਪੀੜਿਤ ਲੜਕੀ ਨੇ ਘਟਨਾ ਦੀ ਜਾਣਕਾਰੀ ਆਪਣੀ ਮਾਸੀ ਨੂੰ ਦਿੱਤੀ, ਜਿਨੇ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਕੀਤੀ ਅਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਆਰੋਪੀ ਸੁਨਿਆਰੇ ਦੇ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕਰ ਲਿਆ। ਘਟਨਾ ਦੇ ਤੁਰੰਤ ਬਾਅਦ ਲੜਕੀ ਦਾ ਮੈਡੀਕਲ ਕਰਵਾਇਆ ਗਿਆ, ਜਿਸ ਵਿਚ ਬਲਾਤਕਾਰ ਹੋਣ ਦੀ ਪੁਸ਼ਟੀ ਹੋ ਗਈ। ਆਰੋਪੀ ਵਿੱਕੀ ਨੂੰ 22 ਸੈਕਟਰ ਵਿਚ ਗ੍ਰਿਫ਼ਤਾਰ। ਸੰਗਤ ਨੂੰ ਸੰਬੋਧਿਤ ਕਰ ਰਹੇ ਸਨ। ਬਾਬੇ ਦੀ ਰੱਖਿਆ ਵਿਚ ਤੈਨਾਤ ਪੰਜਾਬ ਪੁਲਿਸ ਦੇ ASI ਸੁਭਾਸ਼ ਚੰਦਰ ਨੂੰ ਵੀ ਇਸ ਹਮਲੇ ਵਿਚ ਸੱਟ ਵੱਜੀ ਹੈ। ਸੁਭਾਸ਼ ਚੰਦਰ ਨੇ ਦਸਿਆ ਕਿ ਹਮਲਾਵਰਾਂ ਨੇ ਜਦੋਂ ਬਾਬਾ ਭਨਿਆਰਾਂ ਵਾਲੇ ਉਤੇ ਹਮਲਾ ਕੀਤਾ ਤਾਂ ਬਚਾਉਂਦਿਆਂ ਉਸ ਨੂੰ ਵੀ ਚੋਟ ਲੱਗ ਗਈ। ਜਦੋਂ ਨਾ ਉਹਨਾਂ ਨੇ ਬਾਬਾ ਜੀ ਤੇ ਹਮਲਾ ਕੀਤਾ ਨਾ, ਬਾਬਾ ਜੀ ਦੇ ਬੱਚੇ ਨੇ ਬਾਹਰ ਖੜਾ ਸੀ, 3 ਜਣੇ ਸੀ, ਬਾਬਾ ਜੀ ਉੱਪਰ ਪਏ ਚੱਕੂ ਮਾਰਨ ਵਾਸਤੇ, ਮੈਂ ਬਾਬਾ ਜੀ ਉੱਪਰ ਲੰਮਾ ਪੈ ਗਿਆ। ਕਿੰਨੇ ਬੰਦੇ ਸੀ? 3 ਬੰਦੇ ਸੀ, ਤੇ ਜਦੋਂ ਉਹਨਾਂ ਉੱਪਰ ਲੰਮਾ ਪੈ ਗਿਆ ਤੇ ਉਹਨਾਂ ਨੇ ਬਾਬਾ ਜੀ ਦੇ ਵਿੱਚ ਮੇਰੇ
ਹਮਲਾਵਰਾਂ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਅਤੇ ਸੰਗਤ ਦੇ ਹਮਲੇ ਵਿਚ ਤਿੰਨੋ ਹਮਲਾਵਰ ਵੀ ਜ਼ਖਮੀ ਹੋ ਗਏ। ਐਸ ਐਸ ਪੀ ਜਤਿੰਦਰ ਸਿੰਘ ਔਲਖ ਨੇ ਦਸਿਆ ਕਿ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਏ। ਬੰਦੇ ਸੀ ਇੱਕ ਹਰਵਿੰਦਰ ਸਿੰਘ, ਧਰਮਿੰਦਰ ਸਿੰਘ ਤੇ ਗੋਬਿੰਦਰ ਸਿੰਘ, ਜੋ ਉੱਥੇ ਬਾਬਾ ਭੰਡਾਰਾ ਦੇ ਡੇਰੇ ਦੇ ਅੰਦਰ ਐਂਟਰ ਕਰ ਗਏ ਸੀ, ਕਰਕੇ ਉਹਨਾਂ ਤੇ ਅਟੈਂਪਟ ਕੀਤੀ ਸੀ ਔਰ ਬੰਦੇ ਤਿੰਨੋ ਅਰੈਸਟ ਹੋ ਗਏ। ਸਾਡੀ ਇਨਵੈਸਟੀਗੇਸ਼ਨ ਜਾਰੀ ਹੈ ਤੇ ਬੰਦੇ ਸਾਡੀ ਕਸਟਡੀ ਚ ਹੈ। ਪੁਲਿਸ ਦੇ ਮੁਤਾਬਿਕ ਹਮਲਾਵਰਾਂ ਨੇ ਪਲਾਸਟਿਕ ਦੀ ਪਾਈਪ ਨੂੰ ਨਕੀਲਾ ਕਰਕੇ ਇਸ ਨੂੰ ਚਾਕੂ ਦਾ ਆਕਾਰ ਦਿੱਤਾ ਸੀ ਅਤੇ ਉਸੇ ਨਾਲ ਹਮਲਾ ਕੀਤਾ ਗਿਆ। ਪੁਲਿਸ ਨੇ ਤਿੰਨਾਂ ਹਮਲਾਵਰਾਂ ਦੇ ਖਿਲਾਫ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਏ। ਬਾਬਾ ਭੰਡਿਆਰਾ ਵਾਲਾ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਹਮਲਾਵਰਾਂ ਤੋਂ ਹਮਲੇ ਦਾ ਕਾਰਨ ਪਤਾ ਕਰਨ ਵਿਚ। ਬਿਊਟੀਫੁਲ ਚੰਡੀਗੜ੍ਹ ਹੁਣ ਲੜਕੀਆਂ ਲਈ ਇੰਨਾ ਬਿਊਟੀਫੁਲ ਨਹੀਂ ਰਿਹਾ। ਇਸ ਸ਼ਹਿਰ ਵਿਚ ਲੜਕੀਆਂ ਹੁਣ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਸਕਦੀਆਂ। ਬੀਤੀ ਰਾਤ ਸੈਕਟਰ 9 ਦੇ ਫਰੋਜ਼ਨ ਡਿਸਕੋ ਚ ਪਾਰਟੀ ਕਰਕੇ ਵਾਪਸ ਆ ਰਹੀ ਸ਼ਵੇਤਾ ਨੂੰ ਰੋਕ ਕੇ ਮਨਚਲਿਆਂ ਨੇ ਉਸ ਨਾਲ ਬੁਰਾ ਵਤੀਰਾ ਕੀਤਾ ਅਤੇ ਗੱਡੀ ਦੇ ਸ਼ੀਸ਼ੇ ਖੋਲਣ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਦੇਰ ਰਾਤ ਕਰੀਬ 2:30 ਵਜੇ ਸਥਾਨਕ ਸੈਕਟਰ 17-18 ਦੀ ਲਾਈਟ ਪੁਆਇੰਟ ਤੇ ਹੋਈ। ਯੁਵਕ ਕਰੂਜ਼ ਗੱਡੀ ਵਿਚ ਸਵਾਰ ਸਨ। ਸਵਾਤੀ ਨੇ ਦੱਸਿਆ ਕਿ ਛੇੜਖਾਨੀ ਕਰਨ ਵਾਲੇ ਯੁਵਕ ਉਸ ਤੋਂ ਮੋਬਾਈਲ ਨੰਬਰ ਮੰਗ ਰਹੇ ਸਨ। ਉਨ ਲੋਗੋਂ ਨੇ ਹਮਾਰਾ ਪਿੱਛਾ ਕੀਆ ਔਰ 17 ਔਰ 18 ਕੇ ਚੌਕ ਕੇ ਪਾਸ ਉਨ੍ਹਾਂ ਨੇ ਬੀਚ ਮੇਨ ਰੋਡ ਤੇ ਹਮਾਰੀ ਗਾੜੀ ਰੋਕੀ, ਇੱਕ ਗਾੜੀ ਆਗੇ ਲਗਾਈ, ਇੱਕ ਪਿੱਛੇ ਲਗਾਈ ਔਰ ਇੱਕ ਬਿਲਕੁਲ ਬੀਚ ਸੈਂਟਰ ਮੇ ਲਗਾ ਦੀ ਕਿ ਤਾਂਕਿ ਹਮ ਅੱਗੇ ਲਗਾ ਸਕੇ। ਉਨ੍ਹਾਂ ਨੇ ਮੈਨੂੰ ਅੱਗੇ ਜਾਣੇ ਹੀ ਮਿਲ ਗਿਆ। ਇਸ ਵਿੱਚ ਜੋ ਡਰਾਈਵਿੰਗ ਸੀਟ ਤੇ ਲੜਕਾ ਬੈਠਾ ਤਾਂ ਬਹੁਤ ਨਿਕਲਿਆ ਤਾਂ ਬਾਹਰ ਉਸ ਨੇ ਨਿਕਲ ਕੇ ਮਤਲਬ ਡਰਾਈਵਰ ਤੋਂ ਬੋਲਾ ਸ਼ੀਸ਼ਾ ਨੀਚੇ ਕਰ, ਉਸਨੇ ਡਰਿੰਕ ਕਰੀ ਵੀ ਥੀ ਲੜਕੇ ਨੇ ਔਰ ਉਸ ਕੇ ਉਸਨੇ ਮੇਰੇ ਕੋ ਬੋਲਾ ਕਿ ਮਤਲਬ ਸ਼ੀਸ਼ਾ ਨੀਚੇ ਕਰ, ਉਸਨੇ ਬੋਲਾ ਪਿੱਛੇ ਲੜਕੇ ਵਾਲਾ ਸ਼ੀਸ਼ਾ ਖੋਲ, ਡਰਾਈਵਰ ਨੇ ਬੋਲਾ ਨਹੀਂ ਲੜਕੀਆਂ ਬੈਠੀਆਂ ਅੰਦਰ, ਉਹਨਾਂ ਨੇ ਅੰਦਰ ਸੇ ਲੌਕ ਕਿਆ ਹੋਇਆ, ਉਹ ਖੋਲੂੰਗੀ ਨਹੀਂ। ਇਸ ਕੇ ਬਾਅਦ ਉਸਨੇ ਮੇਰੇ ਸੇ ਬੋਲਾ ਕਿ ਆਪਣਾ ਨੰਬਰ ਦੇ, ਮੈਂ ਕਿਹਾ ਮੈਂ ਨੰਬਰ ਨਹੀਂ ਦੂੰਗੀ, ਤੇ ਕਹਤਾ ਚੱਲ ਤੂੰ ਨੰਬਰ ਨਹੀਂ ਦਿੱਤੀ ਤੇਰੇ ਸਾਥ ਲੜਕੀ ਬੈਠੀ ਹੈ, ਉਸਕਾ ਨੰਬਰ ਦੇ, ਮੈਂ ਕਿਹਾ ਉਸਕਾ ਵੀ ਨਹੀਂ ਦੂੰਗੀ। ਬਹੁਤ ਬਦਤਮੀਜ਼ੀ ਮੇਰੇ ਸੇ ਬਾਤ ਕਰ ਰਿਹਾ ਥਾ, ਮੈਂ ਗਾਲ ਗਲੋ ਤੇ ਰਖਾ ਮੇਰੇ ਕੋਲ, ਛੇੜਖਾਨੀ ਦੀ ਖਬਰ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਸਾਰੇ ਮਾਮਲੇ ਦੀ ਜਾਣਕਾਰੀ ਲੈ ਕੇ 4 ਅਗਿਆਤ ਲੋਕਾਂ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਕਾਰ ਦੀ ਤਲਾਸ਼ ਜਾਰੀ ਹੈ। ਰਾਤ ਨੂੰ 2:30 ਵਜੇ ਦੇ ਕਰੀਬ ਬੱਸ ਸਟੈਂਡ ਦੇ ਕੋਲ ਲੜਕੇ ਸੀਗੇ, 3-4 ਬੇਨਤੀ ਸੀ ਉਹਨਾਂ ਦੀ, ਕਾਰ ਦੇ ਉੱਪਰ ਸੀਗੇ, ਕਾਰ ਦਾ ਨੰਬਰ ਸਾਡੇ ਕੋਲ ਹੈ ਵੈਸੇ, ਸਾਨੂੰ ਕਨਫਰਮ ਹੋ ਗਿਆ। ਉਹਨਾਂ ਨੇ ਉਹਦੇ ਨਾਲ ਉਤਰ ਕੇ ਉਹਨਾਂ ਦੀ ਕਾਰ ਰੋਕ ਕੇ ਉਹਦੇ ਨਾਲ ਬਦਤਮੀਜ਼ੀ ਕੀਤੀ ਤੇ ਉਹਦੀ ਛੇੜਖਾਨੀ ਕੀਤੀ, ਉਹ ਲੜਕੇ ਨੇ ਇੱਕ ਨੇ ਡਰਾਈਵਰ ਨੇ ਲੜਕੀ ਨੇ, ਤੇ ਉਸ ਤੇ ਅਸੀਂ ਮੁਕਦਮਾ ਦਰਜ ਕੀਤਾ 341509 IPC। ਘਟਨਾ ਦੇ ਸਮੇਂ ਸਵਾਤੀ ਨੇ ਗੱਡੀ ਦਾ ਨੰਬਰ ਨੋਟ ਕਰ ਲਿਆ ਸੀ ਅਤੇ ਹੁਣ ਪੁਲਿਸ ਉਸੇ ਨੰਬਰ ਦੇ ਆਧਾਰ ਤੇ ਆਰੋਪੀਆਂ ਦੀ ਤਲਾਸ਼ ਕਰ ਰਹੀ ਹੈ। ਪੁਲਿਸ ਭਲੇ ਹੀ ਹੁਣ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਵੀ ਲਵੇ ਪਰ ਇਸ ਸਵਾਲ ਸ਼ਰਾਬ ਪੀਣ ਤੋਂ ਰੋਕਿਆ। ਇਸ ਉੱਤੇ ਦੋਨਾਂ ਵਿਚਕਾਰ ਵਿਵਾਦ ਵੱਧ ਗਿਆ ਤੇ ਮਾਮਲਾ ਅਦਾਲਤ ਵਿਚ ਚਲਾ ਗਿਆ। ਅਦਾਲਤ ਨੇ ਪਿਛਲੇ ਸਾਲ ਬਠਿੰਡਾ ਵਿਚ ਨਸ਼ੀਲੇ ਕੈਪਸੂਲਾਂ ਨਾਲ ਗ੍ਰਿਫ਼ਤਾਰ ਅੰਜੂ ਗਰਗ ਨਾਮ ਦੀ ਇਸ ਔਰਤ ਦੇ ਆਪਣੇ ਸਹੁਰੇ ਘਰ ਵਿਚ ਪ੍ਰਵੇਸ਼ ਉੱਤੇ ਪਾਬੰਦੀ ਲਗਾ ਦਿੱਤੀ ਸੀ, ਪਰ ਮਾਨਸਾ ਦੀ ਅਦਾਲਤ ਵਿਚ ਇਸ ਔਰਤ ਦੁਆਰਾ ਦਰਜ ਕਰਵਾਏ ਗਏ ਘਰੇਲੂ ਹਿੰਸਾ ਦੇ ਮਾਮਲੇ ਵਿਚ ਅਦਾਲਤ ਨੇ ਇਸ ਨੂੰ ਘਰ ਜਾ ਕੇ ਬੱਚਿਆਂ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਸੀ, ਪਰ ਸ਼ਨੀਵਾਰ ਰਾਤ ਨੂੰ ਜਦੋਂ ਇਹ ਔਰਤ ਆਪਣੇ ਸਹੁਰੇ ਘਰ ਪਹੁੰਚੀ ਤਾਂ ਸਹੁਰਾ ਪਰਿਵਾਰ ਨੇ ਇਸ ਨੂੰ ਘਰ ਤੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਔਰਤ ਦਾ ਕਹਿਣਾ ਏ ਕਿ ਉਸ ਦਾ ਪਤੀ 50 ਲੱਖ ਰੁਪਏ ਲਈ ਇਕ ਵਿਧਵਾ ਔਰਤ ਨਾਲ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਏ, ਇਸ ਲਈ ਉਹ ਉਹਦੇ ਨਾਲ ਅਜਿਹਾ ਸਲੂਕ ਕਰ ਰਿਹਾ ਏ। ਵੋ ਔਰ ਲੜਕੀ ਸੇ ਉਸਕਾ ਅਫੇਅਰ ਚਲਤਾ ਹੈ, ਕਹਤੇ ਮੈਨੇ ਸ਼ਾਦੀ ਉਸਸੇ ਕਰਵਾਨੀ ਹੈ, ਡਾਇਵੋਰਸਿੰਗ ਲੜਕੀ ਹੈ, 50 ਲੱਖ ਰੁਪੀਸ ਉਸਕੇ ਇਨਲੋਜ਼ ਵਾਲੋ ਨੇ ਦਿਆ, ਉਸਕੇ ਸਾਥ ਉਸਕੀ ਸੈਟਿੰਗ ਹੈ, ਕਹਤੇ ਕੁਛ ਵੀ ਹੋ ਜਾਏ ਮੈਨੇ ਉਸੀ ਕੇ ਸਾਥ ਸ਼ਾਦੀ ਕਰਵਾਨੀ ਹੈ, ਤੁਹਾਰੇ ਸਾਥ ਕਰਨੀ ਨਹੀਂ ਹੈ।
और यहाँ पे आती जाती है वो इन लोगों ने एक्सेप्ट भी किया हुआ है, यही वजह कि जो मेरे को एक्सेप्ट नहीं कर रहे। आप बताओ कि एक एक वाइफ अपने हस्बैंड को अगर कह देती है कि ड्रिंक कम करो और जल्दी घर में आ जाओ, ये गुनाह है, तो मेरे अंगेज कुछ भी करने को कर लो सर। आप अंजू गर्ग ने कहा कि जेकर उसनु इंसाफ ना मिला तो वो आत्महत्या कर लेगी। मेरी कोई सुनवाई नहीं होगी तो मैं सुसाइड कर लूंगी, मेरे पास कोई नहीं है, मेरा माँ बाप नहीं है, कोई भी नहीं है मेरा, और मेरे बच्चे यही है, हस्बैंड यही है, यही मरूंगी और यही जीऊंगी, मेरे पास और कुछ नहीं है। दूजे पास अंजू के सहरे यशराज गर्ग ने इल्जाम लगाया कि उसकी बहू के कारण उन्होंने जीना मुश्किल हो चुका है और वो उसनु अपने घर विच नहीं वड़न देंगे। हमारे पास कोर्ट का ऑर्डर है, हमारे अंदर नहीं आ सकती बस। इस दौरान पुलिस पूरे मामले विच सिर्फ तमाशा देखने तो अलावा कुछ नहीं कर पाई। कानूनी पेच विच फसी पुलिस ने कहा है कि वो इस मामले विच कानूनी राय लवेगी। वो इसके बारे में हम लीगल ओपिनियन ले रहे हैं, ठीक है ना, अगर उनका कोई यहाँ बनता है तो उसके मुताबिक कार्रवाई करेंगे। इस पूरी कार्रवाई के दौरान मोहल्ला निवासी भी खड़े होकर तमाशा देखते रहे और किसी ने भी विच आके मामले नूं सुलझाने की कोशिश नहीं की। इस औरत दे कोल अदालत दे ताजा आदेश दे बावजूद इस नूं घर विच वड़न नहीं दिता गया। अदालती पेच विच फसे इस मामले विच जित केस दी हुंदी है, इस दा फैसला भी हुण अदालत विच ही। अपने गीत साईं च भगवान नूं गलत काम तो दूर करन दी अरदास करन वाले सरताज कानूनी नोटिस दे बावजूद गलत काम करन तो बाज नहीं आए ते हुण उसदा नतीजा सरताज दे खिलाफ कॉपीराइट एक्ट दी धारा दे तहत FIR दे रूप च सामने आया है। फिरोजपुर च सरताज दे खिलाफ साहित्यकार त्रिलोक सिंह जज दी शिकायत ते सरताज दे खिलाफ उन्हां दी रचना नूं चोरी करन दा मामला दर्ज कर लिया गया है। फिरोजपुर दे SSP सुरजीत सिंह ने मामले दी पुष्टि कीती है। पड़ताल करने तो बाद फिर जरा 177 नंबर FIR सिटी पुलिस स्टेशन दर्ज किया गया और तफ्तीश की जा रही है कि चीज चाहिए। साहित्यकार त्रिलोक सिंह दा दोष है कि सतिंदर सरताज ने उन्हां दे लिखे शेर चोरी करके उसनु तोड़ मोड़ के अपने गाणियां च गाया है। साल 1995 च एहसास के जख्म टाइटल तो उन्होंने एक किताब लिखी सी। गायक सतिंदर सरताज ने उन्हां दी लिखी हुई कवितावां दे कुछ शेर तोड़ मोड़ के अपने गाणियां च गाए हन। इस मामले च कुछ महीना पहला सतिंदर सरताज ते त्रिलोक च समझौता हो चुकिया सी। सरताज फिरोजपुर च त्रिलोक सिंह दे घर उन्हां नूं मिलन भी गए सी। त्रिलोक सिंह ने कहा कि सरताज ने उन्हां तों लिखित तौर ते माफी मंगण दे बावजूद उन्हां दे शेरां नूं बिना उसकी इजाजत तों गाया सी, जिस ते उन्हां नूं कानूनी कार्रवाई करनी पई। 24 सितंबर नूं मेरे कोल घरे आया जिहड़ा लिखती माफीनामा मैनूं दे दित्ती, सानूं कॉपी दित्ती कि मैं इह मन्नदा कि रचना तुहाडी है, मैं भी मन्नदा कि मैं इहदे विच भन्नतोड़ कीती ते ਅੱਗੇ ਤੋਂ ਮੈਂ ਯਕੀਨ ਦਵਾਉਂਦਾ ਕਿ ਜੋ ਲੇਖਕਾਂ ਦੇ ਮਨਾਂ ਨੂੰ ਔਰ ਤ੍ਰਿਲੋਕ ਸਿੰਘ ਜੱਜ ਦੇ ਮਨ ਨੂੰ ਜੋ ਠੇਸ ਪਹੁੰਚੀ ਉਹਦੀ ਮੈਂ ਸਾਰੇ ਪੰਜਾਬੀ ਸਾਹਿਤ ਜਗਤ ਤੋਂ ਮਾਫ਼ੀ ਮੰਗਦਾ। ਇਸ ਮਾਫ਼ੀਨਾਮੇ ਦੇ ਬਾਵਜੂਦ ਫਿਰ ਤੁਸੀਂ ਮਾਮਲਾ ਦਰਜ ਕਰਾਇਆ, ਇਹਦਾ ਕੀ ਕਰ? ਇਹ ਚਲਾ ਗਿਆ ਇਹ ਗੱਲ ਕਰਕੇ, ਇਸ ਅਸ਼ੋਰੈਂਸ ਦੇ ਕੇ ਕਿ ਮੈਂ ਅੱਗੇ ਤੋਂ ਨਹੀਂ ਕਰਾਂਗਾ। ਤਾਂ 6 ਦਸੰਬਰ ਨੂੰ, ਇਹ 24 ਸਤੰਬਰ ਦੀ ਗੱਲ ਹੈ ਜਦੋਂ ਇੱਥੇ ਆਇਆ, 6 ਦਸੰਬਰ ਨੂੰ PTC ਪੰਜਾਬੀ ਦੇ ਉੱਤੇ ਇਹੀ ਗਜ਼ਲ ਪਹਿਲਾਂ ਇਹਨੇ ਗਾਈ ਸੀ ਆਪਣੇ ਉਸ ਗੀਤ ਮਨਕੁੰਤੂ ਮਾਲਾ ਦੇ ਵਿੱਚ, ਤੇ 6 ਦਸੰਬਰ ਨੂੰ ਇਸ ਨੇ ਨਵੇਂ ਗੀਤ ਇਬਾਦਤ ਦੇ ਵਿੱਚ ਉਹੀ ਗਜ਼ਲ ਦੇ ਮੇਰੇ ਸ਼ੇਰ ਜਿਹੜੇ ਨੇ ਮੈਨੂੰ ਬਿਨਾਂ ਪੁੱਛੇ ਗਾਏ ਨੇ। ਜਦੋਂ ਮੈਂ ਉਹ ਸੁਣੇ ਤੇ ਫਿਰ ਮੈਂ ਆਪਣੇ ਜਿਹੜੇ ਕੇਸ ਦੀ ਪੈਰਵੀ ਸ਼ੁਰੂ ਕਰ ਦਿੱਤੀ। ਬਹਿਰਾਲ ਹੁਣ ਗਾਇਕ ਸਤਿੰਦਰ ਸਰਤਾਜ ਦੇ ਖਿਲਾਫ ਫਿਰੋਜ਼ਪੁਰ ਦੇ ਥਾਣਾ ਸਿਟੀ ਚ ਮਾਮਲਾ ਦਰਜ ਹੋ ਚੁੱਕਿਆ ਹੈ ਤੇ ਪੁਲਿਸ ਦੇ ਵਾਰ ਵਾਰ ਕਹਿਣ ਦੇ ਬਾਵਜੂਦ ਸਰਤਾਜ ਇਸ ਮਾਮਲੇ ਚ ਪੁਲਿਸ ਦੇ ਸਾਹਮਣੇ ਪੇਸ਼ ਨਹੀਂ ਹੋ ਰਹੇ, ਜਿਸ ਨਾਲ ਆਉਣ ਵਾਲੇ ਦਿਨਾਂ ਚ ਸਰਤਾਜ ਲਈ ਮੁਸੀਬਤ।